ਅਤੇ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਜੀ ਬਠਿੰਡਾ ਲੋਕ ਸਭਾ ਹਲਕੇ ਵਿੱਚ, ਜਿੱਥੇ ਸਾਡੇ ਪ੍ਰਤੀਨਿਧ ਰਜੇਸ਼ ਗੁਪਤਾ ਮੌਜੂਦ ਹਨ। ਰਜੇਸ਼, ਹਾਂਜੀ, ਕੀ ਤਾਜ਼ਾ ਸਥਿਤੀ ਹੈ ਜੀ ਤੁਹਾਡੇ ਬਠਿੰਡਾ ਲੋਕ ਸਭਾ ਹਲਕੇ ਦੀ? ਹਾਂਜੀ, ਟੋਟਲ ਜੇ ਗੱਲ ਕਰੀਏ ਬਠਿੰਡਾ ਲੋਕ ਸਭਾ ਹਲਕੇ ਦੀ ਤਾਂ ਹਰਸਿਮਰਤ ਕੌਰ ਬਾਦਲ 7175 ਵੋਟਾਂ ਦੇ ਅੱਗੇ ਚੱਲ ਰਹੇ ਨੇ। ਦੁਬਾਰਾ ਦੱਸੋ, 70,000 ਤੋਂ ਵੱਧ? ਨਹੀਂ, 7,000 ਤੋਂ ਕੁਛ ਵੱਧ। ਹਾਂਜੀ ਹਾਂਜੀ, ਜੇ ਆਪਾਂ ਮਾਨਸਾ ਆਪਣਾ ਗੱਲ ਕਰੀਏ ਮਾਨਸਾ ਦੀ ਜੀ ਵਿਧਾਨ ਸਭਾ ਦੀ, ਤਾਂ ਕਾਂਗਰਸ ਹੈਗੀ ਹੈ 31,297 ਵੋਟ, ਅਕਾਲੀ ਦਲ 33,090, ਆਪ ਪਾਰਟੀ 19,599। ਯਾਨੀ ਕਿ ਮਾਨਸਾ ਤੋਂ ਜਿਹੜੇ ਹਰਸਿਮਰਤ ਕੌਰ ਬਾਦਲ 2,000 ਵੋਟਾਂ ਦੇ ਫਰਕ ਨਾਲ, ਮਾਨਸਾ ਤੋਂ 2,000 ਵੋਟਾਂ ਦੇ ਅੱਗੇ ਚੱਲ ਰਹੀ ਹੈ, ਤੇ ਟੋਟਲ ਬਠਿੰਡੇ ਤੋਂ 7,175 ਵੋਟਾਂ ਤੇ ਹਰਸਿਮਰਤ ਕੌਰ ਬਾਦਲ। ਪਿੱਛੇ ਵਿੱਚ ਖਬਰ ਆਈ ਸੀ ਕਿ ਹਰਸਿਮਰਤ ਕੌਰ ਬਾਦਲ ਪਿੱਛੇ ਹੋ ਗਏ ਨੇ, ਫਿਰ ਅੱਗੇ ਹੋ ਗਏ ਨੇ, ਇਸ ਤਰ੍ਹਾਂ ਉੱਪਰ ਥੱਲੇ ਹੋ ਰਿਹਾ, ਨਿਰੰਤਰ ਉੱਪਰ ਥੱਲੇ ਹੋ ਰਿਹਾ, ਇਸ ਤਰ੍ਹਾਂ ਹੋ ਰਿਹਾ? ਨਹੀਂ, ਇਹ ਸ਼ੁਰੂ ਦੇ ਵਿੱਚ ਹੀ, ਸ਼ੁਰੂ ਤੋਂ ਹੀ ਜਿਹੜਾ ਹੈ, ਸ਼ੁਰੂ ਤੋਂ ਹੀ ਅੱਗੇ ਲੀਡ ਲੈ ਰਹੇ ਨੇ। ਹਾਂ, ਸਾਡੇ ਕੋਲ ਵਿੱਚ ਕਿਤੇ ਇਸ ਤਰ੍ਹਾਂ ਦੀ ਖਬਰ ਆਈ ਸੀ, ਮੈਂ ਕਿਹਾ ਤੁਸੀਂ ਮੌਕੇ ਤੇ ਮੌਜੂਦ ਹੋ, ਤਾਂ ਆਪ ਤੋਂ ਜਾਣਕਾਰੀ ਲੈ ਲਈ। ਮੈਂ ਬਿਲਕੁਲ ਮੌਕੇ ਤੇ ਜਿੱਥੇ ਗਿਣਤੀ ਹੋ ਰਹੀ ਹੈ ਸਰ ਜੀ, ਤੇ ਉੱਥੇ ਮੈਂ ਮੌਜੂਦ ਹੈ। ਕੁਝ ਹੋਰ ਆਖਣਾ ਹੋਵੇ ਉੱਥੋਂ ਦੇ ਮਾਹੌਲ ਨੂੰ ਲੈ ਕੇ, ਕੁਝ ਹੋਰ ਕੋਈ ਗੱਲ, ਕੁਝ ਲੋਕਾਂ ਨੂੰ ਲੈ ਕੇ? ਬੜੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਪ੍ਰਸ਼ਾਸਨ ਨੇ, ਪੁਲਿਸ ਨੇ ਜੀ, ਬੜਾ ਵਧੀਆ ਪ੍ਰਬੰਧ ਹੈਗਾ ਜੀ। ਹਾਂਜੀ, ਮਤਲਬ ਸੁਖਾਵੇਂ ਮਾਹੌਲ ਦੇ ਵਿੱਚ ਗਿਣਤੀ ਦਾ ਕੰਮ ਹੋ ਰਿਹਾ ਹੈ। ਸੁਖਾਵੇਂ ਮਾਹੌਲ ਦੇ ਵਿੱਚ ਜਿਹੜੀ ਗਿਣਤੀ ਹੋ ਰਹੀ ਹੈ। ਸ਼ੁਕਰੀਆ ਰਾਜੇਸ਼।